ਪੰਜਾਬ ਦੇ ਵਿੱਚ ਇਸ ਵਕਤ ਹੱਡ ਚੀਰਵੀਂ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਲੋਕ ਉਂਝ ਤਾਂ ਹਰ ਸਾਲ ਹੀ ਕਹਿੰਦੇ ਹੁੰਦੇ ਨੇ ਪਰ ਇਸ ਸਾਲ ਤਾਂ ਹਰ ਕੋਈ ਕਹਿ ਰਿਹਾ ਜਿਹਨੂੰ ਠੰਡ ਲੱਗਦੀ ਵੀ ਨਹੀਂ ਹੁੰਦੀ ਜ਼ਿਆਦਾ ਜਾਂ ਜਿਹੜੇ ਠੰਡ ਮੰਨਦੇ ਵੀ ਨਹੀਂ ਉਹ ਵੀ ਕਹਿੰਦੇ ਨੇ ਕਿ ਐਤ ਕੀ ਜਿੰਨੀ ਠੰਡ ਨਹੀਂ ਕਦੇ ਪਈ ਕਿਉਂਕਿ ਇਸ ਵਕਤ ਪਿਛਲੇ 2-3 ਦਿਨਾਂ ਤੋਂ ਇੰਨੀ ਕਿ ਜ਼ਿਆਦਾ ਠੰਡ ਵਧੀ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਕਿ ਜੇ ਬੰਦ ਕਮਰੇ ਦੇ ਵਿੱਚੋਂ ਇੱਕ ਬਿਰਲ ਵੀ ਝਾਕਦੀ ਹੈ ਉਹਦੇ ਵਿੱਚੋਂ ਵੀ ਸੀਤ ਲਹਿਰ ਅੰਦਰ ਆ ਕੇ ਪੂਰੇ ਕਮਰੇ ਨੂੰ ਠੰਡਾ یخ ਕਰ ਦਿੰਦੀ ਹੈ ਮੌਸਮ ਵਿਭਾਗ ਨੇ ਅੱਜ ਵੀ ਪੂਰੇ ਪੰਜਾਬ 'ਚ ਧੁੰਦ ਪੈਣ ਦੀ ਪੇਸ਼ੀਗੋਈ ਕੀਤੀ ਸੀ ਤੇ ਤੁਸੀਂ ਦੇਖ ਹੀ ਲਿਆ ਹੋਣਾ ਕਿ ਤੜਕੇ ਤੜਕੇ ਸੰਗਣੀ ਧੁੰਦ ਦੀ ਚਾਦਰ ਨੇ ਪੰਜਾਬ ਨੂੰ ਲਪੇਟਿਆ ਹੋਇਆ ਸੀ ਤੇ ਇਹ ਧੁੰਦ ਰਾਤ ਹੀ ਪੈਣੀ ਸ਼ੁਰੂ ਹੋ ਗਈ ਸੀ ਜਨਜੀਵਨ ਵੀ ਇਸ ਧੁੰਦ ਕਰਕੇ ਪ੍ਰਭਾਵਿਤ ਹੋਇਆ ਪਿਆ ਗੁਰਦਾਸਪੁਰ ਕੱਲ ਵੀ ਸਭ ਤੋਂ ਠੰਡਾ ਰਿਹਾ ਅਤੇ ਘੱਟੋ-ਘੱਟ ਤਾਪਮਨ 5.2 ਡਿਗਰੀ ਸੈਲਸੀਅਸ ਰਿਹਾ ਹਾਲਾਂਕਿ ਪਰਸੋਂ ਨਾਲੋਂ ਥੋੜਾ ਜਿਹਾ ਵਧਿਆ ਹੈ ਤੇ ਮੌਸਮ ਵਿਭਾਗ ਨੇ 9 ਜਨਵਰੀ ਨੂੰ ਕੁਝ ਥਾਵਾਂ 'ਤੇ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਕੱਲ ਨੂੰ ਪੰਜਾਬ ਦੇ ਵਿੱਚ ਬੱਦਲਵਾਈ ਦੇ ਵੀ ਭਵਿੱਖਬਾਣੀ ਹੈ ਪੰਜਾਬ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ ਅੱਜ ਚੰਡੀਗੜ੍ਹ ਦੇ ਨਿਆਣਿਆਂ ਨੂੰ ਠੰਡ ਦੀ ਆਖਰੀ ਛੁੱਟੀ ਹੈ ਕੱਲੋਂ ਸਕੂਲ ਲੱਗਣਗੇ ਪਰ 8 ਵਜੇ ਨਹੀਂ 9:30 ਵਜੇ ਲੱਗਣਗੇ ਤੇ ਦੁਪਹਿਰੇ 3 ਵਜੇ ਛੁੱਟੀ ਹੋਵੇਗੀ। ਪੰਜਾਬ ਸਰਕਾਰ ਨੇ ਵੀ ਅੰਗੜਵਾੜੀ ਸੈਂਟਰਾਂ ਦੀਆਂ ਛੁੱਟੀਆਂ 14 ਜਨਵਰੀ ਤੱਕ ਵਧਾ ਦਿੱਤੀਆਂ ਨੇ। ਹਾਲਾਂਕਿ ਸਕੂਲ ਲੱਗ ਰਹੇ ਨੇ ਸਕੂਲਾਂ ਦਾ ਸਮਾਂ ਸਵੇਰੇ 10 ਤੋਂ 3 ਵਜੇ ਤੱਕ ਕੀਤਾ ਗਿਆ। ਸੁੱਕੀ ਠੰਡ ਪੈਣ ਕਰਕੇ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਨੂੰ ਫਲੂ ਜ਼ਰੂਰ ਚਿਮੜ ਰਿਹਾ ਹੈ। ਖੰਗ, ਜ਼ੁਕਾਮ ਇਹ ਆਮ ਹੀ ਹੋ ਰਿਹਾ ਸੋ ਪੰਜਾਬ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਹੀ ਬਿਮਾਰੀਆਂ ਤੋਂ ਰਾਹਤ ਮਿਲੇਗੀ। ਉਦੋਂ ਤੱਕ ਆਪਾਂ ਨੂੰ ਸਾਰਿਆਂ ਨੂੰ ਧਿਆਨ ਹੀ ਰੱਖਣਾ ਪੈਣਾ। ਕومی ਜਾਂਚ ਏਜੰਸੀ NIA ਨੇ ਕੱਲ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਲਾਰੈਂਸ ਮਿਸ਼ਨੋਈ ਗਰੁੱਪ ਦੇ ਮੈਂਬਰਾਂ ਦੀਆਂ 4 ਜਾਇਦਾਦਾਂ ਕੁਰਕ ਕੀਤੀਆਂ ਨੇ। ਇਹ ਕਾਰਵਾਈ ਦੇਸ਼ ਦੇ ਵਿੱਚ ਅਤਵਾਦੀ ਗੈਂਗਸਟਰ ਨਸ਼ਾ ਤਸਕਰੀ ਗੱਟ ਜੋੜ ਨੂੰ ਖਤਮ ਕਰਨ ਦੀ ਦਿਸ਼ਾ 'ਚ ਵੱਡਾ ਕਦਮ ਹੈ NIA ਦੇ ਬੁਲਾਰੇ ਨੇ ਇਹ ਕਿਹਾ ਹੈ। ਕੁਰਕ ਕੀਤੀਆਂ ਗਈਆਂ 2 ਜਾਇਦਾਦਾਂ ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਬਿਸ਼ਨਪੁਰਾ ਦੇ ਵਿੱਚ ਨੇ। ਇਹਨਾਂ ਦੀ ਮਾਲਕੀ ਮੁਲਜ਼ਮ ਦਲੀਪ ਕੁਮਾਰ ਔਰਫ ਭੋਲਾ ਦੇ ਨਾਂ ਹੈ। ਇਸੋ ਲਾਵੇ ਯੰਸੀ ਨੇ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ਵਿਜਲਾ ਫਲੈਟ ਵੀ ਕੁਰਕ ਕੀਤਾ ਹੈ ਜਿਹੜਾ ਯੂਪੀ ਦੇ ਸਰਗਰਮ ਗਰੋਹ ਦੇ ਮੈਂਬਰ ਵਿਕਾਸ ਸਿੰਘ ਦਾ ਹੈ ਹਰਿਆਣਾ ਦੇ ਜਮਨਾ ਨਗਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੇ ਨਾਂ ਤੇ ਰਜਿਸਟਰਡ ਇੱਕ ਐਸਯੂਵੀ ਸਪੋਰਟਸ ਯੂਟਿਲਿਟੀ ਵਹੀਕਲ ਜ਼ਬਤ ਕੀਤਾ ਹੈ ਐਨਆਈ ਨੇ ਕਿਹਾ ਕਿ ਇਹ ਸਾਰੀਆਂ ਜਾਇਦਾਦਾਂ ਅਤਵਾਦ ਰਾਹੀਂ ਹਾਸਲ ਕੀਤੇ ਪੈਸੇ ਨਾਲ ਲਈਆਂ ਗਈਆਂ ਸਨ ਪੰਜਾਬ ਸਰਕਾਰ ਨੇ 23 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦੇ ਲਈ ਸੀਸੀਟੀਵੀ ਕੈਮਰੇ ਲਾਉਣ ਦਾ ਵੀ ਫੈਸਲਾ ਲਿਆ ਹੈ ਤੇ 29 ਫਰਵਰੀ ਤੱਕ ਸੂਬੇ ਦੇ 18897 ਸਰਕਾਰੀ ਸਕੂਲਾਂ ਦੇ ਵਿੱਚ 20000 ਤੋਂ ਵੱਧ ਕੈਮਰੇ ਲੱਗ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੀ ਵੱਡੀ ਖੁਸ਼ਖਬਰੀ ਦਿੱਤੀ ਹੈ ਕਿ ਹੁਣ 10ਵੀਂ ਤੇ 12ਵੀਂ ਜਮਾਤ ਦੇ ਪੇਪਰ ਚੈੱਕ ਕਰਨ ਵਾਲੇ ਅਧਿਆਪਕਾਂ ਨੂੰ 33% ਦੀ ਵਾਧ ਅਦਾਇਗੀ ਮਿਲੇਗੀ। 10ਵੀਂ ਜਮਾਤ ਦਾ ਇੱਕ ਪੇਪਰ ਚੈੱਕ ਕਰਨ ਲਈ ਪਹਿਲਾਂ 6 ਰੁਪਏ ਮਿਲਦੇ ਸੀ ਤੇ ਹੁਣ 8 ਰੁਪਏ 25 ਪੈਸੇ ਮਿਲਣਗੇ। 12ਵੀਂ ਜਮਾਤ ਦਾ ਪੇਪਰ ਚੈੱਕ ਕਰਨ ਤੇ ਪੂਰੇ 10 ਰੁਪਏ ਮਿਲਣਗੇ। ਪਹਿਲਾਂ 7 ਰੁਪਏ 50 ਪੈਸੇ ਮਿਲਦੇ ਸੀ। ਪੰਜਾਬ ਦੇ ਵਿੱਚ ਪੈਟਰੋਲ ਦੀ ਕੀਮਤ 1 ਪੈਸੇ ਹੋਰ ਵੱਧ ਗਈ ਹੈ। ਹੁਣ ਪੰਜਾਬ ਦੇ ਵਿੱਚ ਪੈਟਰੋਲ ਦਾ ਭਾਅ 98 ਰੁਪਏ 4 ਜਦਕਿ ਡੀਜ਼ਲ ਉਸੇ ਰੇਟ ਤੇ ਹੀ 88 ਰੁਪਏ 72 ਪੈਸੇ ਤੇ